ਤਾਂ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਬਾਲੀਵੁੱਡ ਦਾ ਇਹ ਵੱਡਾ ਨਾਂ ਸਾਹਮਣੇ ਆ ਗਿਆ। ਜੀ ਹਾਂ, ਹੱਕ ਦੇ ਵਿੱਚ ਆ ਗਿਆ ਇਹ ਕੁਲਵਿੰਦਰ ਕੌਰ ਦੇ। ਵਿਸ਼ਾਲ ਡਡਲਾਨੀ ਜੋ ਇੱਕ ਵੱਡੇ ਡਾਇਰੈਕਟਰ, ਮਿਊਜ਼ਿਕ ਡਾਇਰੈਕਟਰ ਨੇ ਅਤੇ ਸੌਂਗ ਰਾਈਟਰ ਅਤੇ ਵੱਡੇ ਵੱਡੇ ਗਾਣੇ ਇਹਨਾਂ ਦੇ ਵੱਲੋਂ ਪ੍ਰੋਡਿਊਸ ਕੀਤੇ ਗਏ ਨੇ, ਸਿੰਗਰ ਵੀ ਨੇ। ਬਾਲੀਵੁੱਡ ਦਾ ਵੱਡਾ ਨਾਮ ਹੈ ਵਿਸ਼ਾਲ ਡਡਲਾਨੀ। ਉਹਨਾਂ ਦੇ ਵੱਲੋਂ ਆਪਣੇ ਇੰਸਟਾਗ੍ਰਾਮ ਦੇ ਉੱਤੇ ਇੱਕ ਸਟੋਰੀ ਪਾਉਂਦੇ ਹੋਏ ਲਿਖਿਆ ਗਿਆ ਕਿ ਆਈ ਡੂ ਨੋਟ ਐਵਰ ਸਪੋਰਟ ਵਾਇਲੈਂਸ ਬਟ ਆਈ ਐਬਸੋਲੂਟਲੀ ਅੰਡਰਸਟੈਂਡ ਦਿਸ। ਓਫੀਸ਼ੀਅਲ CISF ਨੂੰ ਟੈਗ ਕਰਦੇ ਹੋਏ ਪਰਸਨਲ ਐਂਗਰ ਉਹਨਾਂ ਨੇ ਲਿਖਿਆ, ਜੋ ਕੁਝ ਕੁਲਵਿੰਦਰ ਕੌਰ ਨੇ ਕੀਤਾ ਆਪਣੇ ਪਰਸਨਲ ਗੁੱਸੇ ਨੂੰ ਲੈ ਕੇ, ਜੇਕਰ ਉਹਨਾਂ ਦੇ ਉੱਤੇ ਕੋਈ ਵੀ CISF ਵੱਲੋਂ ਐਕਸ਼ਨ ਲਿਆ ਜਾਂਦਾ ਹੈ ਤਾਂ ਉਹ ਇਨਸ਼ਿਓਰ ਕਰਦੇ ਨੇ ਕਿ ਉਸਦੇ ਕੋਲ ਹਮੇਸ਼ਾ ਇੱਕ ਨੌਕਰੀ ਹੈ ਜੋ ਵਿਸ਼ਾਲ ਡਡਲਾਨੀ ਦੇ ਵੱਲੋਂ ਪ੍ਰੋਵਾਈਡ ਕਰਵਾਈ ਜਾਵੇਗੀ। ਜੋ ਕਿ ਇਹਨਾਂ ਨੇ ਇਹ ਪੋਸਟ ਪਾਉਂਦੇ ਹੋਏ, ਜਿਹੜੀ ਕਿ ਚੰਡੀਗੜ੍ਹ ਏਅਰਪੋਰਟ 'ਤੇ ਜੋ ਵੀਡੀਓ ਆਈ ਸੀ ਕੰਗਨਾ ਰਣੌਤ ਦੀ, ਉਹ ਪਾਉਂਦੇ ਹੋਏ ਇਹ ਸਭ ਕੁਝ ਲਿਖਿਆ ਅਤੇ ਅੰਤ 'ਚ ਲਿਖਿਆ ਜੈ ਹਿੰਦ ਜੈ ਜਵਾਨ ਅਤੇ ਜੈ ਕਿਸਾਨ। ਤਾਂ ਦੇਖ ਹੀ ਸਕਦੇ ਹੋ ਉਹਨਾਂ ਦਾ ਕਹਿਣਾ ਹੈ ਕਿ ਉਹ ਵਾਇਲੈਂਸ ਨੂੰ ਸਪੋਰਟ ਨਹੀਂ ਕਰਦੇ, ਪਰ ਉਹ ਇਹ ਜ਼ਰੂਰ ਸਮਝਦੇ ਨੇ ਕਿ ਜੋ ਕਿਸੇ ਕੁਲਵਿੰਦਰ ਕੌਰ ਦਾ ਜਿਹੜਾ ਪਰਸਨਲ ਗੁੱਸਾ ਸੀ, ਜਿਹੜਾ ਨਿੱਜੀ ਗੁੱਸਾ ਸੀ, ਉਸ ਕਮੈਂਟ ਨੂੰ ਲੈ ਕੇ, ਉਸ ਟਵੀਟ ਨੂੰ ਲੈ ਕੇ ਉਹ ਠੀਕ ਹੈ। ਕਿਉਂਕਿ ਜੇਕਰ ਕੁਲਵਿੰਦਰ ਕੌਰ 'ਤੇ ਕੋਈ ਐਕਸ਼ਨ ਹੁੰਦਾ ਹੈ, ਉਸਦੀ ਨੌਕਰੀ ਜਾਂਦੀ ਹੈ, ਤਾਂ ਹਮੇਸ਼ਾ ਉਸਦੇ ਲਈ ਉਹਨਾਂ ਦੀ ਦਰਵਾਜ਼ੇ ਖੁੱਲ੍ਹੇ ਨੇ ਕਰਦੇ ਅਤੇ ਉਹ ਖੁਦ ਉਸਨੂੰ ਜੌਬ ਦੇਣਗੇ। ਕਿਉਂਕਿ ਵਿਸ਼ਾਲ ਡਡਲਾਨੀ ਇੱਕ ਵੱਡਾ ਨਾਮ ਹੈ ਬਾਲੀਵੁੱਡ ਦਾ, ਤਾਂ ਕਹਿ ਸਕਦੇ ਹੋ ਕਿ ਕੰਗਨਾ ਦੇ ਖਿਲਾਫ ਆ ਗਿਆ ਇਹ ਬਾਲੀਵੁੱਡ ਦਾ ਇਹ ਵੱਡਾ ਨਾਂ ਵਿਸ਼ਾਲ ਡਡਲਾਨੀ, ਜਿਨ੍ਹਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਉਹ ਜੌਬ ਆਫਰ ਕਰਨਗੇ ਕੁਲਵਿੰਦਰ ਕੌਰ ਨੂੰ, ਜਿਸਨੇ ਕੰਗਨਾ ਰਣੌਤ ਦੇ ਥੱਪੜ ਜੜਿਆ ਸੀ। ਅਤੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਸ਼ੀ ਹੈਜ਼ ਅ ਜੌਬ ਵੇਟਿੰਗ ਫੋਰ ਹਰ, ਸ਼ੁੱਡ ਸ਼ੀ ਚੂਜ਼ ਟੂ ਐਕਸੈਪਟ ਇਟ। ਇਹ ਇਹਨਾਂ ਨੇ ਲਿਖਿਆ ਹੈ ਕਿ ਉਸਦੇ ਲਈ ਹਮੇਸ਼ਾ ਇੱਕ ਨੌਕਰੀ ਉਹਨਾਂ ਕੋਲ ਹੈ, ਜੇਕਰ ਕੁਲਵਿੰਦਰ ਕੌਰ ਚਾਹਣ ਤਾਂ ਮੁੰਬਈ ਜਾ ਕੇ ਉਹਨਾਂ ਦੇ ਕੋਲ ਜੌਬ ਵੀ ਕਰ ਸਕਦੇ ਨੇ। ਪਰਿਵਾਰ ਬਿਲਕੁਲ ਟੈਨਸ਼ਨ ਨਾ ਲਵੇ ਕਿ ਉਹਨਾਂ ਦੇ ਧੀ ਦੀ ਜੌਬ ਚਲੀ ਗਈ ਜਾਂ ਹਾਲੇ ਸਸਪੈਂਡ ਨੇ। ਕਈ ਲੋਕਾਂ ਦੇ ਵੱਲੋਂ ਕੁਲਵਿੰਦਰ ਕੌਰ ਨੂੰ ਸਪੋਰਟ ਕੀਤਾ ਜਾ ਰਿਹਾ ਹੈ, ਤਾਂ ਕਮੈਂਟ ਬਾਕਸ 'ਚ ਦੱਸੋ ਕਿ ਕੁਲਵਿੰਦਰ ਕੌਰ ਦੇ ਵੱਲੋਂ ਜੜਿਆ ਹੋਇਆ ਉਹ ਥੱਪੜ ਠੀਕ ਸੀ ਜਾਂ ਗਲਤ।